ਸਾਡੇ ਜਿਹੜੇ ਹੁਣ ਇੱਥੇ ਘੱਲੂਘਰਾ ਆ ਰਹੀ ਵੀਕ ਜਿਹੜੀ ਹੈ 1 ਤਰੀਕ ਤੋਂ 6 ਤਰੀਕ ਤੱਕ ਉਸ ਸੰਬੰਧੀ ਸਾਡੇ ਕੋਲ ਜਿਹੜੀ 18 ਤਰੀਕ ਤੋਂ ਹੀ ਬਾਹਰੋਂ ਪੈਰਾਮਿਲਟਰੀ ਫੋਰਸ ਆਈ ਹੋਈ ਆ ਉਹ 18 ਤੋਂ ਲੈ ਕੇ ਹੁਣ ਤੱਕ ਸਾਡੀ ਜਿਹੜੀ ਰੈਗੂਲਰ ਸ਼ਹਿਰ 'ਚ ਫੋਰਸ ਚੱਲ ਰਹੀ ਸੀ ਇਸ ਤੋਂ ਇਲਾਵਾ ਅੱਜ ਸਾਨੂੰ ਜਿਹੜੀ ਆਰਮਡ ਪੁਲਿਸ ਵੀ ਮਿਲ ਗਈ ਆ ਔਰ ਸ਼ਹਿਰ ਦੇ ਵਿੱਚ ਅਸੀਂ ਆਪਣੇ ਜਿਹੜੇ ਸ਼ਹਿਰ ਦੇ ਸਾਡੇ ਐਂਟਰੈਂਸ ਪੁਆਇੰਟ ਆਫ ਵਿੱਚ ਸਿਟੀ ਸ਼ਹਿਰ ਦੇ ਜਿਹੜੇ ਪੁਆਇੰਟ ਆ ਉਹ ਕੋਈ ਕਰੀਬ ਸਾਡੇ ਕੋਈ 65 ਕਨਾਕੇ ਲੱਗੇ ਹੋਏ ਆ ਜਿਨ੍ਹਾਂ ਨੂੰ ਅੱਜ ਤੁਸੀਂ ਦੇਖਿਆ ਹੋਣਾ ਅਸੀਂ ਚੈੱਕ ਕਰ ਰਹੇ ਹਾਂ ਇਸੇ ਤਰ੍ਹਾਂ ਹੀ ਸਾਡੀ ਜਿਹੜੀ ਸ਼ਹਿਰ ਦੀ ਆਊਟਰ ਸਿਟੀ ਸੀਲਿੰਗ ਆ ਉਹ ਵੀ ਅਸੀਂ ਸਾਰੀ ਕਰ ਦਿੱਤੀ ਆ ਉਹ ਸਾਡੇ ਕਰੀਬ 20 ਪੁਆਇੰਟ ਆ ਇਸ ਪੂਰੇ ਅੰਮ੍ਰਿਤਸਰ ਸ਼ਹਿਰ ਨੂੰ ਜਿਹੜੇ ਐਂਟਰ ਕਰਦੇ ਦਿਨ ਰਾਤ ਦੀਆਂ ਡਿਊਟੀਆਂ ਉਹਦੇ 'ਤੇ ਲਾ ਰਹੇ ਹਾਂ ਇਸ ਤੋਂ ਇਲਾਵਾ ਦਰਬਾਰ ਸਾਹਿਬ ਦੇ ਵੀ ਜਿੰਨੇ ਰਸਤੇ ਆਉਣ ਜਾਣ ਵਾਲੇ ਜਿਹੜੀ ਸਾਡੀ ਵਾਲ ਸਿਟੀ ਆ ਉਹ ਵੀ ਅਸੀਂ ਹੁਣ ਜਿਹੜੇ ਆਉਣ ਵਾਲੇ ਦਿਨਾਂ 'ਚ ਪੂਰੀ ਸੀਲ ਕਰਾਂਗੇ ਸਾਡਾ ਮਕਸਦ ਸਿਰਫ ਇਹੋ ਹੀ ਆ ਕਿ ਅਸੀਂ ਜਿਹੜੇ ਬਾਹਰੋਂ ਸ਼ਹਿਰੋਂ ਲੋਕ ਆ ਰਹੇ ਬਾਹਰਲੇ ਸ਼ਹਿਰਾਂ ਤੋਂ ਉਹਨਾਂ ਨੂੰ ਚੈੱਕ ਕਰਕੇ ਸ਼ਹਿਰ ਦੇ ਵਿੱਚ ਤਾਂ ਜੋ ਕਿ ਕੋਈ ਸ਼ਰਾਰਤੀ ਅੰਸਰ ਜਿਹੜਾ ਆ ਉਹ ਕਿਸੇ ਤਰ੍ਹਾਂ ਦੀ ਕੋਈ ਇੱਥੇ ਜਿਹੜੀ ਆ ਘਟਨਾ ਨਾ ਕਰਾਵੇ ਉਹਨੂੰ ਸੰਬੰਧ ਸਾਨੂੰ ਲੋਕਲ ਜਿਹੜੇ ਇੱਥੇ ਦੇ ਸ਼ਹਿਰ ਵਾਸੀ ਆ ਉਹਨਾਂ ਦੀ ਹੈਲਪ ਵਾਸਤੇ ਔਰ ਇਸ ਸ਼ਹਿਰ ਦੀ ਸੁਰੱਖਿਆ ਵਾਸਤੇ ਇਹ ਸਾਰੇ ਕੰਮ ਹੋ ਰਹੇ ਦੇਖੋ ਸਾਰੀ ਜਿਹੜੀ ਬਾਹਰੋਂ ਸੰਗਤ ਆਉਂਦੀ ਆ ਦਰਬਾਰ ਸਾਹਿਬ ਤੁਸੀਂ ਤੁਹਾਨੂੰ ਪਤਾ ਹੀ ਆ ਪਿਛਲੇ ਸਾਲਾਂ 'ਚ ਕੋਵਿਡ ਦੌਰਾਨ ਜਿਹੜੇ ਆ ਕਾਫੀ ਲੋਕ ਜਿਹੜੇ ਆ ਉਹਨਾਂ ਨੇ ਹੁਣ ਮਹਿਸੂਸ ਕੀਤਾ ਵਧੀਆ ਕੋਵਿਡ ਚਲੇ ਗਿਆ ਮਹਾਰਾਜ ਦੀ ਕਿਰਪਾ ਹੋਈ ਆ ਹੁਣ ਸਾਰੀ ਸੰਗਤ ਜਿਹੜੀ ਮੱਥਾ ਟੇਕਣ ਆ ਰਹੀ ਆ ਔਰ ਉਹਦੇ ਵਾਸਤੇ ਸਾਡੇ ਜਿਹੜੇ ਸ਼ਹਿਰ ਦੇ ਵਿੱਚ ਜਿਹੜੇ ਪਹਿਲਾਂ ਤੋਂ ਹੀ ਸਾਡੇ ਜਿਹੜੇ ਆ ਨਾਕੇ ਵਗੈਰਾ ਔਰ ਜਿਹੜੀ ਸਿਕਿਉਰਿਟੀ ਵਗੈਰਾ ਉਹ ਸਾਡੀ ਪਹਿਲਾਂ ਤੋਂ ਹੀ ਚੱਲ ਰਹੀ ਆ ਲੇਕਿਨ ਹੁਣ ਘੱਲੂਘਰ ਆ ਜਿਹੜਾ ਵੀਕ ਆ ਗਈ ਆ ਉਹਦੇ ਸੰਬੰਧ ਦੇ ਵਿੱਚ ਜਿਹੜੀ ਫੋਰਸ ਆ ਸਾਨੂੰ ਬਾਹਰੋਂ ਪ੍ਰੋਵਾਈਡ ਕਾਫੀ ਹੋ ਗਈ ਆ ਸਾਡੇ ਕੋਲ ਪੈਰਾਮਿਲਟਰੀ ਫੋਰਸ ਜਿਹੜੀਆਂ 4 ਕੰਪਨੀਆਂ ਆ ਗਈਆਂ ਇਸ ਤੋਂ ਇਲਾਵਾ ਸਾਡੇ ਕੋਲ ਆਰਮਡ ਪੁਲਿਸ ਦਾ 1500 ਬੰਦਾ ਆ ਚੁੱਕਾ ਇਸ ਤੋਂ ਇਲਾਵਾ ਸਾਡੇ ਕੋਲ 30 ਤਰੀਕ ਨੂੰ ਜਿਹੜੀ ਹੋਰ ਜਿੰਨੀ ਸਾਨੂੰ ਰਿਕੁਆਇਰਮੈਂਟ ਆ ਪੁਲਿਸ ਦੀ ਉਹ ਸਾਡੇ ਕੋਲ ਪਹੁੰਚ ਰਹੀ ਆ ਸਾਡੀਆਂ ਦਿਨ ਰਾਤ ਦੀਆਂ ਡਿਊਟੀਆਂ ਫਿਰ ਸਟਾਰਟ ਹੋ ਜਾਣੀਆਂ ਜਿਹੜੀ ਪੂਰੀ ਵੀਕ ਆ ਘੱਲੂਘਰਾ ਵੀਕ 'ਚ ਲੈਣੀਆਂ ਉਹਦੇ ਵਿੱਚ ਸਾਨੂੰ ਸ਼ਹਿਰ ਵਾਸੀਆਂ ਦਾ ਬਹੁਤ ਸਹਿਯੋਗ ਚਾਹੀਦਾ ਕਿਉਂਕਿ ਥਾਂ ਥਾਂ ਦੇ ਨਾਕੇ ਹੋਣੇ ਆ ਉਹਦੇ ਵਿੱਚ ਆਪਣੇ ਬੱਚਿਆਂ ਨੂੰ ਜਿਹੜਾ ਇਹ ਕਹਿਣਾ ਵੀ ਕੋਈ ਟ੍ਰਿਪਲ ਰਾਈਡਿੰਗ ਨਾ ਕਰੇ ਵਿਦਾਊਟ ਨੰਬਰਿੰਗ ਨਾ ਚੱਲਣ ਔਰ ਆਪਣੇ ਡਾਕੂਮੈਂਟ ਲੈ ਕੇ ਚੱਲੋ ਔਰ ਜਿੱਥੇ ਕਿਤੇ ਪੁਲਿਸ ਤੋਂ ਡਰ ਕੇ ਨਹੀਂ ਭੱਜਣਾ ਜੇ ਕਿਤੇ ਕੋਈ ਗੱਲਬਾਤ ਕੋਈ ਡਾਕੂਮੈਂਟ ਘੱਟ ਵੀ ਆ ਤਾਂ ਪੁਲਿਸ ਦਾ ਸਹਿਯੋਗ ਦਿਓ ਅਸੀਂ ਇਹਨਾਂ ਦੀ ਹੈਲਪ ਵਾਸਤੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਵਾਸਤੇ ਸਾਰਾ ਕੁਝ ਕਰ ਰਹੇ ਹਾਂ ਦੇਖੋ ਜਿਹੜੀ ਘੱਲੂਘਰਾ ਵੀਕ ਚੱਲਣੀ ਆ ਉਹਦੇ ਵਿੱਚ ਤਾਂ ਸਾਡੇ ਕੋਲੋਂ ਕਰੀਬ ਕੋਈ ਇੱਥੇ ਕੋਈ 7-8 ਹਜ਼ਾਰ ਬੰਦਾ ਜਿਹੜਾ ਲੱਗ ਜਾਣਾ ਆ ਇਸ ਤੋਂ ਇਲਾਵਾ ਹੁਣ ਵੀ ਇਸ ਟਾਈਮ ਮੇਰੇ ਕੋਲ ਜਿਹੜਾ ਕੋਈ 3000 ਬੰਦਾ ਬਾਹਰੋਂ ਆ ਚੁੱਕਾ ਔਰ ਮੇਰੀ ਆਪਣੀ ਕਮਿਸ਼ਨਰੇਟ ਪੁਲਿਸ ਜਿਹੜੀ 4000 ਬੰਦਾ ਹੈਗਾ ਬਾਹਰੋਂ ਕਰੀਬ ਆ ਸਾਡੇ ਕੋਲ 2-3 ਹਜ਼ਾਰ ਬੰਦਾ ਜਿਹੜਾ ਉਹ 30 ਤਰੀਕ ਨੂੰ ਉਹ ਵੀ ਪਹੁੰਚ ਜਾਣਾ ਜੀ ਜਿਵੇਂ ਤੁਹਾਨੂੰ ਅਸੀਂ ਵੀ ਸਾਡੇ ਇਸ ਪੂਰੇ ਅੰਮ੍ਰਿਤਸਰ ਸ਼ਹਿਰ ਨੂੰ 20 ਪੁਆਇੰਟ ਬਣਦੇ ਆ ਜਿਹੜੇ ਐਂਟਰੈਂਸ ਪੁਆਇੰਟ ਆ ਜਿੱਥੇ ਲੋਕ ਸਾਡੇ ਸ਼ਹਿਰ ਦੇ ਵਿੱਚ ਐਂਟਰ ਕਰ ਸਕਦੇ ਆ ਉਹ ਸਾਰੇ ਦੇ ਸਾਰੇ ਡੇ ਨਾਈਟ ਵਾਲੇ ਪੁਆਇੰਟ ਅਸੀਂ ਕਵਰ ਕਰ ਰਹੇ ਹਾਂ ਔਰ ਇਸੇ ਤਰ੍ਹਾਂ ਸ਼ਹਿਰ ਨੂੰ ਅਸੀਂ ਕੋਈ ਘੱਟੋ ਘੱਟ ਕਰੀਬ ਕੋਈ 65-70 ਨਾਕਿਆਂ ਦੇ ਵਿੱਚ ਵੰਡਿਆ ਹੋਇਆ ਪੂਰੀ ਸਿਟੀ ਨੂੰ ਔਰ ਇਸ ਤੋਂ ਇਲਾਵਾ ਜਿਹੜੀ ਸਾਡੀ ਵਾਲ ਸਿਟੀ ਆ ਉਹਦੇ 21 ਗੇਟ ਬਣਦੇ ਆ ਉਹ ਸਾਰੇ ਅਸੀਂ ਕਵਰ ਕਰ ਰਹੇ ਹਾਂ ਜ਼ਿਆਦਾਤਰ ਇੱਥੇ ਜਿਹੜੀ ਪ੍ਰੋਬਲਮ ਆਉਂਦੀ ਆ ਉਹ ਸ਼ਿਵ ਸੈਨਾ ਅਤੇ ਜਿਹੜੇ ਸਾਡੇ ਸਿੱਖ ਜਥੇਬੰਦੀਆਂ ਉਹਨਾਂ ਦੀ ਆਪਸ ਵਿੱਚ ਕੋਈ ਨਾ ਕੋਈ ਹਰ ਦਿਨ ਬਾਅਦ ਹਰ ਪਿਛਲੇ ਸਾਲਾਂ 'ਚ ਦੇਖਿਆ ਉਹ ਪ੍ਰੋਬਲਮ ਆ ਰਹੀ ਹੈ ਉਹਦੇ ਵਾਸਤੇ ਅਸੀਂ ਜਿੰਨੀਆਂ ਵੀ ਸਾਡੀਆਂ ਸ਼ਿਵ ਸੈਨਾ ਜਥੇਬੰਦੀਆਂ ਉਹਨਾਂ ਨਾਲ ਅਸੀਂ ਸਾਰਿਆਂ ਨਾਲ ਤਾਲਮੇਲ ਕਰ ਰਹੇ ਹਾਂ ਮੀਟਿੰਗਾਂ ਕਰ ਰਹੇ ਹਾਂ ਇਸੇ ਤਰ੍ਹਾਂ ਹੀ ਅਸੀਂ ਜਿਹੜੀਆਂ ਸਿੱਖ ਜਥੇਬੰਦੀਆਂ ਉਹਨਾਂ ਨਾਲ ਵੀ ਮੇਰੀਆਂ ਮੀਟਿੰਗਾਂ ਚੱਲ ਰਹੀਆਂ ਅਸੀਂ ਹਰ ਜਿਹੜੀ ਆ ਚੀਜ਼ ਜਿਹੜੀ ਕਿਤੇ ਕੋਈ ਕਿਸੇ ਜਥੇਬੰਦੀ ਜਾਂ ਕਿਸੇ ਬੰਦੇ ਦੇ ਖਿਲਾਫ ਕੋਈ ਨਹੀਂ ਕਿਸੇ ਨੂੰ ਕਰ ਦਿਆਂਗੇ ਔਰ ਉਹਦੇ ਵਾਸਤੇ ਉਹਨਾਂ ਨੂੰ ਸਾਰਾ ਬਰੀਫ ਕਰ ਦਿੱਤਾ ਜੇ ਕੋਈ ਇਸ ਤੋਂ ਵੱਧ ਵੀ ਕਰਦਾ ਤਾਂ ਉਹਦੇ 'ਤੇ ਸਖਤੀ ਨਾਲ ਕਾਨੂੰਨੀ ਕਾਰਵਾਈ ਦੇਖੋ ਸ਼ਹਿਰ ਵਾਸੀਆਂ ਵਾਸਤੇ ਵੀ ਇਹ ਤੁਹਾਡਾ ਆਪਣਾ ਸ਼ਹਿਰ ਆ ਇਹਦੇ ਵਿੱਚ ਤੁਸੀਂ ਬੇਖੌਫ ਹੋ ਕੇ ਚੱਲੋ ਫਿਰੋ ਲੇਕਿਨ ਕਾਨੂੰਨ 'ਚ ਰਹਿ ਕੇ ਟ੍ਰੈਫਿਕ ਦੀ ਉਲੰਘਣਾ ਨਹੀਂ ਕਰਨੀ ਪੁਲਿਸ ਪ੍ਰਸ਼ਾਸਨ ਦੀ ਮਦਦ ਕਰੋ ਅਸੀਂ ਤੁਹਾਡੀ ਸੁਰੱਖਿਆ ਲਈ ਆ ਔਰ ਇਹਦੇ ਨਾਲ ਜਿਹੜੀ ਬਾਹਰੋਂ ਸੰਗਤ ਆਉਂਦੀ ਆ ਉਹ ਜੀ ਸਦਕੇ ਆਓ ਸਾਡੇ ਸ਼ਹਿਰ ਦੇ ਵਿੱਚ